यार सानू तो यह नहीं पता जेहड़े चेहरे पिछे छड़ के आए हैं ना जिंदगी च कभी वेखने भी है कि नहीं। जे सरकारां चंगियां हुंदियां किसे दे घर ना तंगियां हुंदियां, जे सरकारां चंगियां हुंदियां किसे दे घर ना तंगियां हुंदियां, जे ना पैड़ां लगियां हुंदियां दूर दराडे आरावां नूं, सब दी इत्थे कोई ना कोई मजबूरी है, कोई परदेसी घर नहीं छड्डदा चावां नूं, सब दी इत्थे कोई ना कोई मजबूरी है, कोई परदेसी घर नहीं छड्डदा चावां नूं। वेला ती पुत विगड़ ना जावे मापियां नूं सी फिकर जिहा, नशियां दा हड़ चढ़िया आउंदा खबरां विच सी जिक्र जिहा, खबरां विच सी जिक्र जिहा, डर दे मारियां जिगर चीर ने पै गए पलियां मावां नूं, सब दी इत्थे कोई ना कोई मजबूरी है, कोई परदेसी घर नहीं छड्डदा चावां नूं, सब दी इत्थे कोई ना कोई मजबूरी है, कोई परदेसी घर नहीं छड्डदा चावां नूं। कच्चियां दी गल दूर सबर तां पक्कियां नूं ना आउंदा ऐ, वैरो वाली आई उम्र आखरी पिंड बताउणी चाहुंदा ऐ, तक ना भुलिया जाना रूह विच वसियां थावां नूं, सब दी इत्थे कोई ना कोई मजबूरी है, कोई परदेसी घर नहीं छड्डदा चावां नूं, सब दी इत्थे कोई ना कोई मजबूरी है, कोई परदेसी घर नहीं छड्डदा चावां नूं। यार सानू तो यह नहीं पता जेहड़े चेहरे पिछे छड़ के आए हैं ना जिंदगी च कभी वेखने भी है कि नहीं। मेरे चैनल दे नाल एसडी रिकॉर्ड चैनल दे नाल जुड़े सारे ही मेरे वीरां नूं, मेरे भैणां नूं, मेरे प्यारे दोस्तां नूं मेरे वल्लों प्यार भरी सत श्री अकाल ते फतेह दी सांझ। वाहिगुरु जी का खालसा, वाहिगुरु जी की फतेह, राम राम, सलाम वालेकुम, नमस्ते। अज असी ਤੁਹਾਨੂੰ ਬਰਲੀਨ ਦਾ ਟੂਰ ਲਾਉਣਾ ਹੈ ਕਿਉਂਕਿ ਅੱਜ ਬਹੁਤ ਹੀ ਵਧੀਆ ਜਗ੍ਹਾ 'ਤੇ ਹੁਣ ਅਸੀਂ ਖੜ੍ਹੇ ਹਾਂ, ਬਹੁਤ ਹੀ ਸੋਹਣੀ ਜਗ੍ਹਾ 'ਤੇ ਤੁਸੀਂ ਦੇਖ ਵੀ ਰਹੇ ਹੋ। ਇਹ ਹੈ ਗੇਟ ਬ੍ਰੈਂਡਨਬੁਰਗ ਟੋਰ ਗੇਟ, ਅਤੇ ਇਹ ਜਿਹੜਾ ਬਹੁਤ ਹੀ ਬਰਲੀਨ ਦੇ ਵਿੱਚ ਜਰਮਨੀ ਕੰਟਰੀ ਦੇ ਵਿੱਚ ਜੋ ਕਿ ਬਰਲੀਨ ਦੇ ਕੈਪਟਨ ਬਰਲੀਨ ਦੇ ਵਿੱਚ ਇਹ ਬਹੁਤ ਹੀ ਫੇਮਸ ਇਹ ਜਿਹੜਾ ਪਲੇਸ ਹੈ, ਫੇਮਸ ਜਗ੍ਹਾ ਹੈ ਜਿੱਥੋਂ ਕਿ ਬਹੁਤ ਹੀ ਲੋਕ ਦੂਰੋਂ ਦੂਰੋਂ ਟੂਰਿਸਟ ਇਸ ਜਗ੍ਹਾ ਨੂੰ ਵੇਖਣ ਵਾਸਤੇ ਆਉਂਦੇ ਨੇ, ਅਤੇ ਬਹੁਤ ਹੀ ਸੋਹਣਾ ਜੋ ਕਿ 18th century ਦੇ ਵਿੱਚ ਬਣਾਇਆ ਗਿਆ ਹੈ, ਅਤੇ ਬੜਾ ਵਧੀਆ ਬਹੁਤ ਹੀ ਡਿਜ਼ਾਇਨ ਸੋਹਣਾ ਕੀਤਾ ਹੈ, ਕਿਉਂਕਿ ਬੜੇ ਮੇਰੇ ਵੀਰਾਂ ਨੇ ਬਹੁਤ ਹੀ ਸਵਾਲ ਵੀ ਕੀਤੇ ਸੀਗੇ ਕਿ ਭਾਅ ਜੀ ਉਹ ਬਰਲੀਨ ਜਿਹੜਾ ਸ਼ਹਿਰ ਕਿਸ ਤਰ੍ਹਾਂ ਦਾ ਹੈ, ਅਤੇ ਮੈਂ ਉਹਨਾਂ ਨੂੰ ਦੱਸਿਆ ਕਿ ਹਾਂ ਬਰਲੀਨ ਸ਼ਹਿਰ ਸੋਹਣਾ ਹੈ, ਵੇਖਣ 'ਚ ਵੀ ਸੋਹਣਾ ਹੈ ਕਿਉਂਕਿ ਇਹਦੇ ਨਾਲ ਬੜੀਆਂ ਇਤਿਹਾਸਿਕ ਜਿਹੜੀਆਂ ਜਗ੍ਹਾ ਨੇ ਉਹ ਜੁੜੀਆਂ ਹੋਈਆਂ ਨੇ, ਅਤੇ ਹੋਰ ਵੀ ਅਲੈਕਸੈਂਡਰਾ ਪਲਾਸ ਵੀ ਬਹੁਤ ਸੋਹਣੀ ਜਗ੍ਹਾ ਬਣੀ ਹੈ, ਜਿੱਦਾਂ ਕਿ ਹੈਕਸ਼ਾ ਮਾਰਕਟ ਵੀ ਹੈ, ਫਿਰ ਉੱਧਰੋਂ ਵਾਰਸ਼ਾ ਵਸਟਾਸੇ ਵੀ ਹੈ, ਇਹੋ ਜਿਹੀਆਂ ਹੋਰ ਵੀ ਕਈ ਜਗ੍ਹਾ ਨੇ ਜਿੱਥੇ ਇਤਿਹਾਸਿਕ ਨੇ ਜਿਨ੍ਹਾਂ ਨੂੰ ਵੇਖ ਕੇ ਕਿ ਆਪਣੇ ਆਪ ਹੀ ਮਨ ਬੜਾ ਖੁਸ਼ ਹੁੰਦਾ ਹੈ। ਅਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਨ੍ਹਾਂ ਜਿਨ੍ਹਾਂ ਮੇਰੇ ਵੀਰਾਂ ਨੇ ਭਰਾਵਾਂ ਨੇ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਸ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ, ਅਤੇ ਤੁਸੀਂ ਮੇਰੀ ਇਸ ਵੀਡੀਓ ਦੇ ਨਾਲ ਪੂਰਾ ਮੇਰੇ ਵੀਰੋ ਜੁੜੇ ਰਹਿਣਾ, ਅਤੇ ਤੁਹਾਨੂੰ ਮੈਂ ਅੱਜ ਬਰਲੀਨ ਦਾ ਟੂਰ ਕਰਾਵਾਂਗਾ, ਅਤੇ ਤੁਹਾਨੂੰ ਨਾਲੇ ਇਹ ਵੀ ਚੀਜ਼ਾਂ ਦੱਸਾਂਗਾ ਕਿ ਟੈਨਸ਼ਨ ਤੋਂ ਕਿੱਦਾਂ ਬਚਿਆ ਜਾ ਸਕਦਾ, ਅਤੇ ਟੈਨਸ਼ਨ ਤੋਂ ਮੁਕਤ ਹੋਣ ਵਾਸਤੇ ਮੈਂ ਆਪ ਸਾਰੇ ਹੀ ਵੀਰਾਂ ਦੇ ਨਾਲ ਕੁਝ ਨੁਕਤੇ ਸਾਂਝੇ ਕਰਾਂਗਾ, ਅਤੇ ਪਲੀਜ਼ ਇਸ ਵੀਡੀਓ ਨੂੰ ਦੇਖਣਾ, ਅਤੇ ਤੁਹਾਨੂੰ ਹੋਰ ਵੀ ਬਰਲੀਨ ਦੀ ਮੈਂ ਸੈਰ ਕਰਾਉਣੀ ਆ, ਕਿਉਂਕਿ ਅੱਜ ਮੌਸਮ ਵੀ ਸੋਹਣਾ ਹੈ ਅਤੇ ਛੁੱਟੀ ਵਾਲਾ ਦਿਨ ਹੈ, ਅਤੇ ਮੈਂ ਚਾਹੁੰਦਾ ਹਾਂ ਕਿ ਆਪ ਵੀਰਾਂ ਦੇ ਨਾਲ ਜਿਨ੍ਹਾਂ ਨੇ ਅਜੇ ਤੱਕ ਕਈ ਮੇਰੇ ਵੀਰ
ਕੰਮਾਂ ਕਾਰਾਂ 'ਚ ਜ਼ਿਆਦਾ ਬਿਜ਼ੀ ਰਹਿੰਦੇ ਨੇ ਅਤੇ ਕਈਆਂ ਕੋਲ ਟਾਈਮ ਨਹੀਂ ਹੁੰਦਾ ਵੇਖਣ ਦਾ ਅਤੇ ਮੈਂ ਕਹਿੰਦਾ ਕਿ ਜਿਹਦੇ ਕੋਲ ਵੀ ਵੀਰ ਕੋਲ ਜਿੱਦਣ ਵੀ ਛੁੱਟੀ ਹੁੰਦੀ ਆ ਅਤੇ ਆਪਣੀ ਛੁੱਟੀ ਨੂੰ ਕੱਢ ਕੇ ਅਤੇ ਟਾਈਮ ਕੱਢ ਕੇ ਆਪਣੇ ਦੋਸਤਾਂ ਦੇ ਨਾਲ ਘੁੰਮਣ ਫਿਰਨ ਵਾਸਤੇ ਆਓ ਕਿਉਂਕਿ ਆਹ ਜਗ੍ਹਾ ਵੇਖਣ ਵਿੱਚ ਬਹੁਤ ਸੋਹਣੀ ਆ ਹੋਰ ਵੀ ਜਿਹੜੀਆਂ ਕਿ ਜਗ੍ਹਾ ਨੇ ਜਿੱਦਾਂ ਮੈਂ ਤੁਹਾਨੂੰ ਜ਼ਿਕਰ ਕੀਤਾ ਹੈ ਉੱਧਰ ਵੀ ਤੁਹਾਨੂੰ ਲੈ ਕੇ ਚੱਲਾਂਗੇ ਹੌਲੀ ਹੌਲੀ ਤੁਹਾਨੂੰ ਸਾਰੀਆਂ ਹੀ ਜਿਹੜਾ ਕਿ ਦੱਸਾਂਗੇ ਵੀ ਕਿਹੜੀ ਕਿਹੜੀ ਜਗ੍ਹਾ ਕਿੱਥੇ ਆ ਕਿਹੜੀਆਂ ਕਿਹੜੀਆਂ ਜਗ੍ਹਾ ਵੇਖਣ ਵਾਲੀਆਂ ਨੇ ਜਿੱਦਾਂ ਹੁਣ ਤੁਸੀਂ ਪਹਿਲੀ ਜਗ੍ਹਾ ਇਹ ਵੇਖ ਲਈ ਆ ਬ੍ਰੈਂਡਨਬੁਰਗ ਟੋਰ ਇਹ ਸੋਹਣੀ ਆ ਵੇਖਣ ਵਾਸਤੇ ਕਿਉਂਕਿ ਅੱਜ ਇਹ ਵੈਸੇ ਤਾਂ ਕਰੋਨਾ ਕਰਕੇ ਬਹੁਤ ਘੱਟ ਲੋਕ ਨੇ ਨੋਰਮਲ ਟਾਈਮ ਦੇ ਵਿੱਚ ਤਾਂ ਬਹੁਤ ਜ਼ਿਆਦਾ ਇੱਥੇ ਇਕੱਠ ਹੁੰਦਾ ਅਤੇ ਅੱਜ ਬਹੁਤ ਘੱਟ ਨੇ ਪਰ ਫਿਰ ਵੀ ਸਹੀ ਹੈ ਵਧੀਆ ਅਤੇ ਬਾਕੀ ਤੁਹਾਨੂੰ ਮੈਂ ਜਿੱਦਾਂ ਦੱਸਿਆ ਕਿ ਤੁਹਾਨੂੰ ਟੈਨਸ਼ਨ ਤੋਂ ਬਚਾਉਣ ਦੇ ਨੁਕਤੇ ਮੈਂ ਦੱਸਾਂਗਾ ਜਿੱਦਾਂ ਕਿ ਕਹਿੰਦੇ ਨੇ ਕੱਲ੍ਹ ਯੁੱਗ ਚੱਲ ਰਿਹਾ ਕੱਲ੍ਹ ਯੁੱਗ ਨਹੀਂ ਚੱਲ ਰਿਹਾ ਇਹ ਟੈਨਸ਼ਨ ਯੁੱਗ ਚੱਲ ਰਿਹਾ ਕਿਉਂਕਿ ਹਰ ਇੱਕ ਇਨਸਾਨ ਨੂੰ ਟੈਨਸ਼ਨ ਹੈ ਕੋਈ ਕਹਿੰਦਾ ਕਿਸੇ ਨੂੰ ਪੈਸੇ ਦੀ ਟੈਨਸ਼ਨ ਹੈ ਕਿਸੇ ਨੂੰ ਘਰ ਦੀ ਟੈਨਸ਼ਨ ਹੈ ਕਿਸੇ ਨੂੰ ਬੱਚਿਆਂ ਦੀ ਟੈਨਸ਼ਨ ਹੈ ਕਿਸੇ ਨੂੰ ਕਿਸੇ ਚੀਜ਼ ਦੀ ਟੈਨਸ਼ਨ ਆ ਪਰ ਉਹਨਾਂ ਟੈਨਸ਼ਨਾਂ ਤੋਂ ਬਚਣ ਵਾਸਤੇ ਤੁਹਾਨੂੰ ਮੇਰੀ ਇਹ ਵੀਡੀਓ ਦੇ ਨਾਲ ਜੁੜਨਾ ਪਵੇਗਾ ਮੇਰੀ ਵੀਡੀਓ ਨੂੰ ਤੁਸੀਂ ਧਿਆਨ ਨਾਲ ਸੁਣਿਓ ਤੁਹਾਨੂੰ ਮੈਂ ਨੁਕਤੇ ਦੱਸਾਂਗਾ ਨੁਕਤੇ ਪਹਿਲਾ ਨੁਕਤਾ ਤਾਂ ਮੈਂ ਤੁਹਾਨੂੰ ਛੋਟਾ ਜਿਹਾ ਇਹ ਦੱਸ ਦਿੰਦਾ ਕਿਉਂਕਿ ਖੁਸ਼ ਰਿਹਾ ਕਰੋ ਸਭ ਤੋਂ ਪਹਿਲਾਂ ਹਾਂਜੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਹੁਣੇ ਕਿ ਆਹ ਬ੍ਰੈਂਡਨਬੁਰਗ ਟੋਰ ਜਿਹੜੇ ਗੇਟ ਦੇ ਤੁਸੀਂ ਹੁਣ ਦਰਸ਼ਨ ਕੀਤੇ ਨੇ ਗੇਟ ਦੇਖਿਆ ਹੈ ਅਤੇ ਇਹਦਾ ਨਜ਼ਾਰਾ ਦੇਖਿਆ ਤੁਸੀਂ ਹੁਣ ਅਤੇ ਤੁਹਾਨੂੰ ਮੈਂ ਨਾਲ ਇਹ ਵੀ ਦੱਸਿਆ ਕਿ ਤੁਹਾਡੀਆਂ ਜਿਹੜੀਆਂ ਵੀ ਲੋਕਾਂ ਦੀ ਅੱਜ ਕੱਲ੍ਹ ਟੈਨਸ਼ਨਾਂ ਬਹੁਤ ਵਧੀਆਂ ਜਾਂਦੀਆਂ ਨੇ ਅਤੇ ਕਿਸੇ ਨੂੰ ਕਿਸੇ ਗੱਲ ਦੀ ਟੈਨਸ਼ਨ ਹੈ ਕਿਸੇ ਨੂੰ ਕਿਸੇ ਗੱਲ ਦੀ ਟੈਨਸ਼ਨ ਹੈ ਵਧਦੀ ਜਾਂਦੀ ਆ ਅਤੇ ਉਹਨਾਂ ਟੈਨਸ਼ਨਾਂ ਨੂੰ ਦੂਰ ਕਰਨ ਦੇ ਨੁਕਤੇ ਵੀ ਦੱਸੇ ਜਾਣਗੇ ਕਿ ਕਿਸ ਤਰ੍ਹਾਂ ਕਰਨੇ ਨੇ ਜਿੱਦਾਂ ਕਿ ਹੁਣ ਮੈਂ ਦੱਸ ਵੀ ਚੁੱਕਿਆ ਹਾਂ ਕਿ ਆਪਣਾ ਇੰਜੋਏ ਕਰਿਆ ਕਰੋ ਖੁਸ਼ ਰਿਹਾ ਕਰੋ ਜਦੋਂ ਵੀ ਕਿਤੇ ਛੁੱਟੀ ਹੁੰਦੀ ਆ ਅਤੇ ਆਪਣੀ ਛੁੱਟੀ ਦਾ ਆਨੰਦ ਆਪਣੇ ਦੋਸਤਾਂ ਦੇ ਨਾਲ ਮਾਣਿਆ ਕਰੋ ਅਤੇ ਹੁਣ ਅਸੀਂ ਤੁਹਾਨੂੰ ਇਹ ਦਿਖਾਉਂਦੇ ਹਾਂ ਕਿ ਪਾਰਲੀਮੈਂਟ ਦਿਖਾਉਂਦੇ ਹਾਂ ਹੁਣ ਅਸੀਂ ਪਾਰਲੀਮੈਂਟ ਵੱਲ ਹੀ ਇੰਟਰ ਹੋ ਰਹੇ ਹਾਂ ਅਤੇ ਅੱਗੇ ਦੇਖ ਰਹੇ ਹਾਂ ਮੇਰੇ ਖਿਆਲ ਨਾਲ ਪਤਾ ਨਹੀਂ ਕੋਈ ਸ਼ੋਅ ਚੱਲ ਰਿਹਾ ਅਤੇ ਇਹਦੇ ਦਰਸ਼ਨ ਕਰਦੇ ਹਾਂ ਕਿ ਹੈ ਕੀ ਚੀਜ਼ ਆ ਦੂਰੋਂ ਤਾਂ ਐਂ ਲੱਗ ਰਿਹਾ ਜਿਵੇਂ ਕਿ ਬਹੁਤ ਜ਼ਿਆਦਾ ਲੋਕ ਖੜ੍ਹੇ ਨੇ ਅਤੇ ਪਰ ਨਹੀਂ 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 ਇਹ ਲੋਕ ਨਹੀਂ ਖੜ੍ਹੇ ਇਹ ਤਾਂ ਕੁਛ ਬੁੱਤ ਨੇ ਸਟੈਚੂ ਨੇ ਅਤੇ ਇਹਨਾਂ ਨੂੰ ਕੱਪੜੇ ਪਾਏ ਹੋਣੇ ਦੂਰੋਂ ਤਾਂ ਐਂ ਲੱਗਦੇ ਆ ਕਿ ਲੋਕ ਨੇ ਬਾਹਾਂ ਖੜ੍ਹੀਆਂ ਕਰਕੇ ਪਾਰਲੀਮੈਂਟ ਦੇ ਸਾਹਮਣੇ ਜਾਓਦੇ ਧਰਨਾ ਦਿੰਦੇ ਪਰ ਨਹੀਂ ਉੱਦਾਂ ਦਾ ਕੁਛ ਵੀ ਨਹੀਂ ਆ ਹੁਣ ਤੁਹਾਨੂੰ ਮੈਂ ਪਹਿਲਾਂ ਪਾਰਲੀਮੈਂਟ ਦਿਖਾਵਾਂ ਉਸ ਤੋਂ ਬਾਅਦ ਵਿੱਚ ਫਿਰ ਮੈਂ ਤੁਹਾਨੂੰ ਸਟੈਚੂ ਦਿਖਾਉਣਾ ਜੀ ਆਹ ਦੇਖੋ ਜੀ ਇਹ ਪਾਰਲੀਮੈਂਟ ਹੈ ਲਓ ਜੀ ਦੇਖ ਲਿਆ ਜੀ ਮੇਰੇ ਵੀਰਾਂ ਨੇ ਸਾਰੇ ਨੇ ਅਤੇ ਇਹ ਵੀ ਬਾਹਰ ਦਾ ਨਜ਼ਾਰਾ ਜੀ ਅਤੇ ਹੁਣ ਤੁਹਾਨੂੰ ਇਹੀ ਸਟੈਚੂ ਦਿਖਾਉਂਦੇ ਹਾਂ ਅਤੇ ਲਾਗੇ ਜਾ ਕੇ ਦਿਖਾਉਂਦੇ ਹਾਂ ਲਾਗੇ ਵੈਸੇ ਉਹਨਾਂ ਨੇ ਮਿਊਜ਼ਿਕ ਚਲਾਇਆ ਹੋਇਆ ਕੋਈ ਸ਼ੋਅ ਹੈ ਪਤਾ ਨਹੀਂ ਅਤੇ ਆਓ ਹੁਣ ਆ ਜਿੱਦਾਂ ਕਿ ਦੂਰੋਂ ਤਾਂ ਬੰਦੇ ਲੱਗ ਰਹੇ ਸੀ ਪਰ ਆਹ ਦੇਖੋ ਜੀ ਕੱਪੜੇ ਪਾਏ ਨੇ ਇਹਨਾਂ ਨੂੰ ਅਤੇ ਜਾਂ ਤਾਂ ਕੋਈ ਕੱਪੜਿਆਂ ਦਾ ਕੋਈ ਸ਼ੋਅ ਚੱਲ ਰਿਹਾ ਇਹਨਾਂ ਦਾ ਜਾਂ ਕੁਛ ਨਾ ਕੁਛ ਗੱਲ ਕਰਕੇ ਪਤਾ ਚੱਲਣਾ ਜੀ ਬਾਕੀ ਦੇਖੋ ਜੀ ਦੂਰੋਂ ਤਾਂ ਮੈਂ ਦੇਖਿਆ ਵਾਹਵਾ ਰੌਣਕ ਲੱਗੀ ਮੈਂ ਵਾਹਵਾ ਬੰਦੇ ਬਾਹਾਂ ਖੜੀਆਂ ਕਰਕੇ ਅਤੇ ਪਾਰਲੀਮੈਂਟ 'ਚ ਹੀ ਜਾਪਦੇ ਬੈਠੇ ਨੇ ਲਓ ਜੀ ਆਹ ਇੱਕ ਮੈਡਮ ਨੇ ਨਕਲੀ ਕੈਮਰਾ ਟੰਗਿਆ ਆਪਣੀ ਬਾਂਹ 'ਤੇ ਹੈ ਲਓ ਜੀ ਕਿਆ ਬਾਤ ਲਓ ਨਜ਼ਾਰੇ ਮੌਸਮ ਵਧੀਆ ਬਣੀ ਜਾਂਦਾ ਜੀ ਬਸ ਮੇਰੇ ਵੀਰੋ ਟਾਈਮ ਕੱਢ ਕੇ ਘੁੰਮਿਆ ਫਿਰਿਆ ਕਰੋ ਬਸ ਨਜ਼ਾਰੇ ਲਿਆ ਕਰੋ ਅੱਜ ਬਹੁਤ ਹੀ ਬਹੁਤ ਵਧੀਆ ਮੌਸਮ ਤਿਆਰ ਹੋਈ ਜਾਂਦਾ ਆਹ ਦੇਖੋ ਜੀ ਪਾਰਲੀਮੈਂਟ ਦੇ ਨਜ਼ਾਰੇ ਲਓ ਚੱਟੋ ਚੱਕੋ ਜਦੋਂ ਕਿਤੇ ਟਾਈਮ ਮਿਲਿਆ ਆਇਓ ਜ਼ਰੂਰ ਠੀਕ ਹੈ ਜੀ ਅਤੇ ਵੀਡੀਓ ਦੇ ਨਾਲ ਜੁੜੇ ਰਹੋ ਕਿਉਂਕਿ ਜੇ ਤੁਹਾਨੂੰ ਅਸੀਂ ਬਹੁਤ ਜਗ੍ਹਾ ਘੁੰਮਾਉਣੀਆਂ ਨੇ ਦਿਖਾਉਣੀਆਂ ਨੇ ਅਲੈਕਸੈਂਡਰਾ ਪਲਾਸ ਦਿਖਾਉਣਾ ਨਾ ਫੇਮਸ ਜਗ੍ਹਾ ਅਸੀਂ ਦਿਖਾਉਣੀ ਆ ਤੁਹਾਨੂੰ ਫਿਰ ਪੋਸਟ ਡਾਮ ਪਲਾਸ ਦਿਖਾਉਣਾ ਆ
ਤੇ ਜਿਹੜੀਆਂ ਵੀ ਮੇਨ ਮੇਨ ਵਧੀਆ ਵਧੀਆ ਜਗ੍ਹਾ ਤੁਹਾਨੂੰ ਦਿਖਾਉਣੀਆਂ ਸਾਰੀਆਂ ਸੀ। ਠੀਕ ਹੈ ਜੀ, ਹੁਣ ਅਸੀਂ ਜਾ ਰਹੇ ਹਾਂ ਜੀ ਇੱਧਰ ਬਰਲੀਨ ਹਾਫਟਬਾਨੋ ਵਾਲੀ ਸਾਈਡ 'ਤੇ ਪਾਰਕ ਦੇ ਵਿੱਚੋਂ ਗੁਜ਼ਰਦੇ ਪਾਰਲੀਮੈਂਟ ਦੇਖ ਲਿਆ ਸੀ ਜੀ, ਨਾਲੇ ਉਹ ਗੇਟ ਦੇਖ ਲਿਆ। ਸਾਰਾ ਤਾਂ ਨਹੀਂ ਬਰਲੀਨ ਘੁੰਮ ਸਕਦੇ ਅਤੇ ਵਿਚਾਰ ਤਾਂ ਹੈਗਾ ਕਿ ਵਾਂਸੀ ਵਾਲੀ ਸਾਈਡ 'ਤੇ ਵੀ ਜਾਈਏ ਅਸੀਂ, ਕਿਉਂਕਿ ਵਾਂਸੀ ਵੀ ਬਹੁਤ ਸੋਹਣੀ ਜਗ੍ਹਾ। ਵਾਂਸੀ ਦੇ ਜਿਹੜੇ ਸੀਨ ਆ ਉਹ ਵੀ ਸ਼ਾਹਰੁਖ ਖਾਨ ਨੇ ਆਪਣੀ ਡੌਨ ਫਿਲਮ ਦੇ ਵਿੱਚ ਸ਼ੂਟ ਕੀਤੇ ਨੇ। ਅਤੇ ਉੱਧਰ ਵੀ ਬਹੁਤ ਸੋਹਣੀ ਜਗ੍ਹਾ, ਪਾਣੀ ਵਾਲੀ ਜਗ੍ਹਾ ਉੱਧਰ। ਚਲੋ ਕੋਈ ਗੱਲ ਨਹੀਂ, ਜੇ ਕਿਤੇ ਟਾਈਮ ਮਿਲਿਆ ਤਾਂ ਅਗਲੀ ਵੀਡੀਓ 'ਤੇ ਅਸੀਂ ਤੁਹਾਨੂੰ ਵਾਂਸੀ ਦੇ ਵੀ ਦਰਸ਼ਨ ਕਰਾਵਾਂਗੇ, ਵਾਂਸੀ ਵਾਲੀ ਸਾਈਡ 'ਤੇ ਵੀ ਜਾਵਾਂਗੇ। ਅਤੇ ਹੁਣ ਹੈ ਬਰਲੀਨ ਹਾਫਟਬਾਨੋ ਲਿਖਿਆ ਸਾਹਮਣੇ, ਅਤੇ ਉੱਧਰ ਨੂੰ ਜਾ ਰਹੇ ਹਾਂ, ਦੇਖਦੇ ਹਾਂ। ਅਤੇ ਬਾਕੀ ਕੋਈ ਗੱਲ ਨਹੀਂ, ਅੱਜ ਤੁਹਾਨੂੰ ਸਾਰੇ ਦ੍ਰਿਸ਼ ਹੌਲੀ ਹੌਲੀ ਦਿਖਾਵਾਂਗੇ। ਲਓ ਜੀ, ਅਤੇ ਬਾਕੀ ਜੇ ਮੈਂ ਵੀਡੀਓ ਬਣਾਉਂਦੇ ਕੋਈ ਸ਼ਬਦ ਵੀ ਗਲਤ ਬੋਲ ਦਿੱਤਾ ਹੋਵੇ ਤਾਂ ਮਾਫ਼ ਕਰਨਾ, ਕਿਉਂਕਿ ਚਲੋ ਇੰਜੋਏਮੈਂਟ ਕਰ ਰਹੇ ਹਾਂ। ਠੀਕ ਹੈ ਜੀ, ਅਤੇ ਫਿਰ ਦੁਬਾਰਾ ਤੁਹਾਨੂੰ ਵਾਰ ਵਾਰ ਇਹ ਕਹਿੰਦੇ ਹਾਂ, ਟਾਈਮ ਮਿਲੇ ਤਾਂ ਜ਼ਰੂਰ ਟਾਈਮ ਕੱਢ ਕੇ ਅਤੇ ਬਰਲੀਨ ਦੀ ਇਹੋ ਜਿਹੀਆਂ ਜਗ੍ਹਾ ਵੇਖੋ, ਜ਼ਰੂਰ ਵੇਖੋ। ਛੁੱਟੀ ਦੇ ਵਿੱਚ ਆਪਣਾ ਘੁੰਮਣ ਫਿਰਨ ਆਇਆ ਕਰੋ ਅਤੇ ਇੰਜੋਏ ਕਰਿਆ ਕਰੋ, ਉਹਦੇ ਨਾਲ ਟੈਨਸ਼ਨ ਆਪਣੇ ਆਪ ਹੀ ਦੂਰ ਹੋ ਜਾਂਦੀਆਂ ਨੇ, ਖੁਸ਼ ਰਿਹਾ ਕਰੋ। ਅਸੀਂ ਆਏ ਹਾਂ ਅਲੈਕਸੈਂਡਰਾ ਪਲਾਸ, ਅਤੇ ਤੁਹਾਨੂੰ ਅਲੈਕਸੈਂਡਰਾ ਪਲਾਸ ਦੇ ਵਿੱਚ ਅਸੀਂ ਦੱਸਦੇ ਹਾਂ ਬਹੁਤ ਹੀ, ਜਾਣੀ ਕਿ ਜਿਹੜਾ ਪਲੇਸ ਹੈ, ਜਿਹੜੀ ਜਗ੍ਹਾ ਹੈ, ਬਹੁਤ ਸੋਹਣੀ ਹੈ, ਬਹੁਤ ਵਧੀਆ, ਕਿਉਂਕਿ ਇਹ ਜਿਹੜਾ ਇੱਕ ਮੇਨ ਬਰਲੀਨ ਦੇ ਵਿੱਚ ਸੈਂਟਰ ਦੇ ਵਿੱਚ ਇਹ ਜਗ੍ਹਾ ਮੰਨੀ ਜਾਂਦੀ ਹੈ, ਕਿਉਂਕਿ ਇਹਦੇ ਵਿੱਚ ਬਹੁਤ ਬਹੁਤ ਦੂਰੋਂ ਦੂਰੋਂ ਜਿਹੜੇ ਲੋਕ ਹੈ, ਜਿਹੜੇ ਟੂਰਿਸਟ ਨਾ, ਅਲੈਕਸੈਂਡਰਾ ਪਲਾਸ ਤੋਂ ਵੇਖਣ ਵਾਸਤੇ ਆਉਂਦੇ ਨੇ, ਬਹੁਤ ਬਹੁਤ ਦੁਨੀਆ ਤੋਂ, ਬਹੁਤ ਬਹੁਤ ਦੂਰ ਤੋਂ ਆਉਂਦੇ ਨੇ ਲੋਕ, ਕਿਉਂਕਿ ਬੜੀ ਇੰਟਰਸਟਿੰਗ ਹੈ ਜਗ੍ਹਾ। ਇਸ ਕਰਕੇ ਹੁਣ ਤਾਂ ਜਿੱਦਾਂ ਕਿ ਆਪ ਸਾਰਿਆਂ ਨੂੰ ਪਤਾ ਕਿ ਲੋਕਡਾਊਨ ਚੱਲ ਰਿਹਾ, ਲੋਕਡਾਊਨ ਕਰਕੇ ਇੱਥੇ ਇੰਨੇ ਲੋਕ ਨਹੀਂ ਆ, ਬਹੁਤ ਜ਼ਿਆਦਾ ਘੱਟ ਲੋਕ ਨੇ। ਨਹੀਂ ਤਾਂ ਪਹਿਲਾਂ ਜਦੋਂ ਟਾਈਮ ਸੀਗਾ ਲੋਕਡਾਊਨ ਤੋਂ ਪਹਿਲਾਂ, ਜਿਵੇਂ ਅੱਜ ਕਿ ਸੰਡੇ ਦਾ ਦਿਨ ਹੈ, ਅਤੇ ਸੰਡੇ ਦੇ ਦਿਨ ਵਿੱਚ ਇੱਥੇ ਜਦੋਂ ਵੇਖਣ ਨੂੰ ਬਹੁਤ ਦੁਨੀਆ ਹੁੰਦੀ ਸੀ, ਇੱਥੇ ਬਹੁਤ ਲੋਕ ਇਕੱਠੇ ਹੁੰਦੇ ਸੀ, ਕਿਉਂਕਿ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਮਿਲਦੀ, ਕਿ ਇੰਨਾ ਹੀ ਇੱਥੇ ਅਲੈਕਸੈਂਡਰਾ ਪਲਾਸ ਜਿਹੜਾ ਕਿ ਭਰਿਆ ਹੁੰਦਾ ਸੀ, ਬਹੁਤ ਵੇਖਣ ਨੂੰ ਜਗ੍ਹਾ ਮਿਲਦੀ ਸੀ, ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਸੀ। ਹੁਣ ਜਿਵੇਂ ਕਿ ਤੁਹਾਨੂੰ ਇੱਕ ਅਸੀਂ ਬਹੁਤ ਵਧੀਆ ਜਿਹੜੀ ਕਿ ਫੇਮਸ ਜਿਹੜੀ ਚੀਜ਼ ਹੈ ਉਹ ਤੁਹਾਨੂੰ ਅਸੀਂ ਦੱਸਾਂਗੇ। ਇੱਕ ਹੁਣ ਸਾਡੇ ਕੈਮਰਾਮੈਨ ਹੁਣ ਉੱਧਰ ਨੂੰ ਕੈਮਰਾ ਕਰਨਗੇ, ਜਿੱਧਰ ਵਰਲਡ ਕਲੋਕ, ਵਰਲਡ ਕਲੋਕ ਹੈ। ਤੁਹਾਨੂੰ ਮੈਂ ਇਹ ਦੱਸਦਾ ਕਿ ਇਹ ਜਿਹੜਾ ਸਾਹਮਣੇ ਤੁਸੀਂ ਹੁਣ ਦੇਖ ਰਹੇ ਹੋ ਕਿ ਵਰਲਡ ਕਲੋਕ ਹੈ, ਜਿੱਦਾਂ ਕਿ ਇੱਥੇ ਤੁਸੀਂ ਪੂਰੀ ਦੁਨੀਆ ਦਾ ਜਿਹੜਾ ਕਿ ਉਹ ਟਾਈਮ ਹੈ ਤੁਸੀਂ ਚੈੱਕ ਕਰ ਸਕਦੇ ਹੋ। ਜੇ ਹੁਣ ਤੁਹਾਨੂੰ ਉਹ ਦੱਸਦਿਆਂ, ਉੱਤੇ ਲਿਖਿਆ ਹੈ ਨਿਊ ਦਿੱਲੀ +30, ਕਰਾਚੀ ਕਲੰਬੋ +30। ਸੋ ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੁਣ ਇਹ ਇੰਡੀਆ ਦੇ ਵਿੱਚ ਕਿੰਨਾ ਟਾਈਮ ਹੋਇਆ, ਹੋਰ ਕੰਟਰੀ ਦੇ ਵਿੱਚ ਸਾਰੀਆਂ ਹੀ ਕੰਟਰੀਆਂ ਦਾ ਜਿੰਨਾ ਟਾਈਮ ਹੈ ਇੱਥੇ ਉਹ ਲੱਗਾ ਆ, ਬਹੁਤ ਵਧੀਆ ਇੰਟਰਸਟਿੰਗ ਹੈ। ਅਤੇ ਹੁਣ ਉਸ ਤੋਂ ਬਾਅਦ 'ਚ ਜਿਹੜੀ ਦੂਜੀ ਹੈ, ਦੂਜੀ ਇੱਕ ਮੇਨ ਬਹੁਤ ਹੀ ਵਧੀਆ ਬਿਲਡਿੰਗ ਤੁਹਾਨੂੰ, ਉਹ ਹੋਟਲ ਤੁਹਾਨੂੰ ਦਿਖਾਵਾਂਗੇ। ਇਹ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਬੜੀ ਵੱਡੀ ਬਿਲਡਿੰਗ ਦੇ ਵਿੱਚ, ਜਿੱਥੇ ਉੱਪਰ ਲਿਖਿਆ ਹੋਇਆ ਪਾਰਕਿੰਗ, ਅਤੇ ਇਹ ਜਿਹੜਾ ਹੋਟਲ ਹੈ ਬਹੁਤ ਹੀ ਵਧੀਆ। ਇੱਥੇ ਤੁਸੀਂ ਸਾਰਿਆਂ ਨੇ ਉਹ ਮੂਵੀ ਵੇਖੀ ਹੋਏਗੀ ਡੌਨ, ਸ਼ਾਹਰੁਖ ਖਾਨ ਦੀ, ਜਿਹਨੇ ਇਸ ਬਰਲੀਨ ਦੇ ਵਿੱਚ ਉਹ ਡੌਨ ਫਿਲਮ ਸ਼ੂਟ ਕੀਤੀ ਹੈ। ਹੋਰ ਵੀ ਜਗ੍ਹਾ 'ਤੇ ਵਾਂਸੀ ਵਾਲੀ ਸਾਈਡ 'ਤੇ ਵੀ ਕਾਫੀ ਕਲਿੱਪ ਲਏ ਨੇ। ਅਤੇ ਇਹ ਜਿਹੜਾ ਹੋਟਲ ਆ ਤੁਸੀਂ ਇਹ ਵੇਖ ਰਹੇ ਹੋ, ਇੱਥੋਂ ਉਹਨੇ ਉੱਪਰੋਂ ਤੋਂ ਲੈ ਕੇ ਹੇਠਾਂ ਨੂੰ ਛਾਲੀ ਮਾਰੀ ਸੀ, ਛਲਾਂਗ ਲਗਾਈ ਸੀਗੀ। ਇਹ ਤੁਹਾਨੂੰ ਦਿਖਾਉਂਦੇ ਹਾਂ ਕਿ ਜਿੱਦਾਂ ਕਿ ਹੁਣ ਇਹ ਟਰਾਮ ਆ ਰਹੀ ਹੈ ਜਰਮਨ ਦੇ ਵਿੱਚ, ਡੁੱਚ ਦੇ ਵਿੱਚ ਇਹਨੂੰ ਟਰਾਮ ਕਹਿੰਦੇ ਨੇ, ਜਿਸ ਤਰ੍ਹਾਂ ਟ੍ਰੇਨ ਕਹਿ ਦਿੰਦੇ। ਹਾਂ, ਇਹ ਜਿਹੜੇ ਛੋਟੇ ਛੋਟੇ ਸਟੋਪਾਂ ਦੇ ਵਿੱਚ ਇਹ ਚੱਲਦੀ ਹੈ, ਛੋਟੇ ਛੋਟੇ ਸਟੋਪਾਂ 'ਤੇ। ਅਤੇ ਜਿਹੜਾ ਉੱਪਰ ਤੁਸੀਂ ਉਹ ਬਿਲਡਿੰਗ ਦੇਖ ਰਹੇ ਹੋ, ਉਹਨੂੰ ਅਸੀਂ ਕਹਿ ਦਿੰਦੇ ਹਾਂ ਜਿਵੇਂ ਕਿ ਰੇਲਵੇ ਸਟੇਸ਼ਨ। ਰੇਲਵੇ ਸਟੇਸ਼ਨ ਉਹ ਬਹੁਤ ਵੱਡਾ ਸਟੇਸ਼ਨ ਹੈ ਬਰਲੀਨ ਦੇ ਵਿੱਚ, ਇਹਦਾ ਅਲੈਕਸੈਂਡਰ ਪਲਾਸ ਦੇ ਵਿੱਚ, ਅਤੇ ਬਹੁਤ ਸੋਹਣਾ ਵੀ ਬਣਾਇਆ ਇਹਨਾਂ ਨੇ। ਅਤੇ ਇਸ ਤੋਂ ਹੀ ਅਸੀਂ ਜੇ ਕਿਤੇ ਹੋਰ ਸ਼ਹਿਰ ਦੇ ਵਿੱਚ ਵੀ ਜਾਣਾ ਹੋਵੇ ਤਾਂ ਇੱਥੋਂ ਜਾ ਸਕਦੇ ਹਾਂ, ਜੇ ਹੋਰ ਕਿਸੇ ਕੰਟਰੀ ਦੇ ਵਿੱਚ ਵੀ ਜਾਣਾ ਹੋਵੇ ਤਾਂ ਇੱਥੋਂ ਸਾਨੂੰ ਹਰ ਇੱਕ ਟ੍ਰੇਨ
मिल जाती है तो बहुत ही साफ सुथरा। मेन गल ये है कि सफाई बड़ी है ये तो जर्मनी पूरे शहर के बहुत सफाई है तो बहुत ही ज़्यादा इंट्रस्टिंग जड़ा ये अलेक्जेंड्रा प्लास है ये जगह है। हुण असीं तुहानूं दिखावांगे ये देखो तुसीं बहुत वड्डी बिल्डिंग है टीवी टावर जिन्हों असीं कहिंदे ने बहुत वड्डा है जिहड़ा कि आईफिल टावर तुसीं सुनिया होएगा जो कि पैरिस दे विच है उस तों वी वड्डा है ते बहुत ही सोहना है क्योंकि जदों जिन्हें भी कितें अंदर ये जाना होवे उपर जाना होवे ते इहदी एक्सट्रा एंट्री फीस लगदी है तुसीं जा सकदे हो ते उपर जा के अंदर रेस्टोरेंट भी है तुसीं खा भी सकदे हो घूम फिर भी सकदे हो ते नाले पूरा ही जो नज़ारा है बर्लिन दा उत्ते चढ़ के तुसीं इत्थे देख सकदे हो ते इह जिहड़ी तुसीं जगह देख रहे हो इस वेले खाली है पर लॉकडाउन करके क्योंकि नहीं तो नॉर्मल टाइम दे विच बहुत ही ज़्यादा इतने भीड़ रहती है बहुत वधिया नज़ारा देखने वाला हुंदा। ये सामने तुसीं देख रहे हो चर्च है तो इधर होर भी हुण जिवें कि मौसम के हिसाब नाल आज जिन्हें भी दरख्त ने सारे सोगे ने क्योंकि जिवें आपां कहिंदे पतझड़ है उस हिसाब नाल पत्ते सारे ही हुण लथ गए ने। हाँ जी हूँ असं पहुँच गए आकाशा मार्केट ये हैगा जी अलेक्जेंड्रा प्लास के कोल ही आते बहुत सोहनी ये भी जगह इंट्रस्टिंग जगह है। ये हूँ तुम देखो जी पिछे तुम आ बिल्डिंग देख रहे हो ये है जी बर्लिन डॉम तो बहुत ही वधिया है बहुत ही सोहना आकर्षित करती है जिहड़े भी आपां टूरिस्ट जिन्हें भी लोग आते हैं इतने वेखते बहुत ही आनंद माणते हैं। तो इधर तुम भी देख रहे हो कि सोहनी पार्क है तो हूँ वैसे जिदा तुम्हें पहला दसाया कि बहुत ही ज़्यादा जाने के लोग घट ने क्योंकि करोना के करके तो पर फिर भी अज मौसम भी बहुत सोहना है तो बहुत वधिया हूँ तुम्हें दिखाने एक इधरली साइड तो हैगा म्यूजियम हैगा अल्टस अल्टस म्यूजियम हाँ जी ये भी बहुत सोहना है देखो जे देखा जाए तो बहुत सोहनी इमारत बनाई है बर्लिन के योजना बहुत ज्यादा तो बहुत सोहनिया इमारत ने पुरानिया जड़िया के इतिहास के वजों ये जानिया जा भी एक म्यूजियम है जिदा कि तुम पहला देखा पिछे जड़िया पिछे बिल्डिंगा देखिया वो भी म्यूजियम सगा अल्टस म्यूजियम तो एक ये भी है म्यूजियम ये भी बहुत सोहनी उन्होंने इमारत बनाई है तो ये भी अलेक्जेंड्रा प्लास के कोल ही है वैसे एक दो स्टॉप तो आओ तुहानू अंदर दिखाने अंदर किस तरह का बहुत ही वधिया है तो जिन्हों देख के एक हिसाब की रूह खुश हो जाती है बहुत सुकून जहा मिलता पार्क देखो पार्क की कटिंग कितनी सोहनी की है तो बहुत सोहना वेखन दृश्य मिल रहा तो हूँ
ਵਾਹਿਗੁਰੂ ਦੀ ਵੀ ਕਿਰਪਾ ਹੋ ਜਾਂਦੀ, ਥੋੜ੍ਹੀ ਧੁੱਪ ਚੜ੍ਹੀ ਜਾਂਦੀ ਹੈ, ਮੌਸਮ ਸੋਹਣਾ ਹੋ ਜਾਂਦਾ। ਬਹੁਤ ਸੋਹਣੀਆਂ ਜਗ੍ਹਾ ਨੇ ਬਰਲੀਨ ਦੇ ਵਿੱਚ। ਜਦੋਂ ਕਿਤੇ ਮੇਰੇ ਦੋਸਤੋ ਮੇਰੇ ਵੀਰੋ ਟਾਈਮ ਲੱਗਦਾ ਨਾ, ਜਿਹੜੇ ਬਰਲੀਨ ਦੇ ਵਿੱਚ ਖਾਸ ਕਰਕੇ ਰਹਿ ਰਹੇ ਨੇ, ਟਾਈਮ ਕੱਢ ਕੇ ਦੇਖੋ, ਬਹੁਤ ਵਧੀਆ ਨੇ, ਬੜਾ ਆਨੰਦ ਆ ਰਿਹਾ ਵੇਖਣ ਦਾ ਸਾਰੀਆਂ ਹੀ ਜਗ੍ਹਾ ਦਾ। ਨਾਲੇ ਸ਼ਾਂਤੀ ਜੀ ਜਿਵੇਂ ਸਕੂਨ ਜਿਹਾ ਮਿਲਦਾ, ਉੱਦਾਂ ਸਕੂਨ ਜਿਹਾ ਮਿਲਦਾ, ਕਿਉਂਕਿ ਪੜ੍ਹਾਈਆਂ ਬਹੁਤ ਵਧੀਆ ਨੇ ਅਤੇ ਮੌਸਮ ਵਾਹਿਗੁਰੂ ਦੀ ਕਿਰਪਾ ਨਾਲ ਸੋਹਣਾ ਅੱਜ। ਅਤੇ ਅੱਜ ਟੂਰਿਸਟ ਕਾਫੀ ਨਿਕਲ ਰਹੇ ਨੇ ਤੇ ਆ ਵੀ ਰਹੇ ਨੇ ਬਾਹਰੋਂ। ਸਾਹਮਣੇ ਆ ਗਏ ਹਾਂ ਜੀ ਅਸੀਂ ਬਰਲੀਨ ਹਾਫ ਵਨ ਆਫ ਦੇ, ਅਤੇ ਇੰਨੇ ਦੂਰੋਂ ਟੀ ਵੀ ਟਾਵਰ ਵੀ ਦੇਖ ਰਿਹਾ ਜੀ ਅਲੈਕਸਾਂਡਰ ਪਲਾਸ ਦਾ। ਅਤੇ ਜਦੋਂ ਅਸੀਂ ਹੁਣੇ ਗੁਜ਼ਰ ਕੇ ਆਏ ਹਾਂ ਪਾਰਲੀਮੈਂਟ ਵਾਲੀ ਸਾਈਡ 'ਤੇ, ਅਤੇ ਹੁਣ ਇੱਧਰੋਂ ਜਾਂਦੇ ਹਾਂ ਅਸੀਂ ਬਰਲੀਨ ਹਾਫ ਵਨ ਆਫ, ਅਤੇ ਫਿਰ ਬਾਅਦ ਵਿੱਚ ਦੇਖਦੇ ਹਾਂ ਜਿੱਧਰ ਵੀ ਟੂਰ ਬਣਿਆ ਜਾਂ ਪੋਸਟਮ ਪਲਾਸ। ਅਤੇ ਵੀਡੀਓ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ। ਬਾਕੀ ਪਹਿਲੀ ਵਾਰੀ ਟਰਾਈ ਕੀਤੀ ਆ, ਕੋਸ਼ਿਸ਼ ਕੀਤੀ ਆ, ਅਤੇ ਹੋ ਸਕਦਾ ਕਿ ਗਲਤ ਵੀ ਬਣੀ ਹੋਵੇ। ਲਓ ਜੀ ਤੁਹਾਨੂੰ ਫੌਜੀ ਬੈਂਡ ਵਾਲੇ ਵੀ ਦਿਖਾਉਂਦੇ ਹੈ, ਫੌਜੀ ਬੈਂਡ ਵਾਲੇ ਵੀ ਤੁਹਾਨੂੰ ਦਿਖਾਉਂਦੇ ਹੈ। ਲਓ ਜੀ ਅਸੀਂ ਪਹੁੰਚ ਗਏ ਹਾਂ ਜੀ ਬਰਲੀਨ ਹਾਫ ਵਨ ਆਫ। ਹੁਣ ਇੱਥੋਂ ਵੀ ਅਸੀਂ ਜਿਵੇਂ ਕਿਸੇ ਹੋਰ ਕੰਟਰੀ ਵਿੱਚ ਵੀ ਜਾਣਾ ਹੋਵੇ ਤਾਂ ਇੱਥੋਂ ਵੀ ਟ੍ਰੇਨਾਂ ਮਿਲਦੀਆਂ ਨੇ, ਜੇ ਸ਼ਹਿਰ ਵਿੱਚ ਵੀ ਕਿਸੇ ਜਾਣਾ ਹੋਵੇ ਉੱਥੋਂ ਵੀ ਟ੍ਰੇਨਾਂ ਮਿਲਦੀਆਂ ਨੇ। ਕਿਉਂਕਿ ਜਰਮਨੀ ਦੀ ਫਰਬਿੰਡੰਗ ਬੜੀ ਤੇਜ਼ ਆ, ਫਾਸਟ ਆ, ਪੂਰੀ ਆ ਕਿ ਕਿਤੇ ਵੀ ਅਸੀਂ ਜਾਣਾ ਹੋਵੇ ਕੋਈ ਦਿੱਕਤ ਨਹੀਂ ਹੁੰਦੀ। ਲਓ ਜੀ ਇਹ ਆ ਜੀ ਬਰਲੀਨ ਹਾਫ ਵਨ ਆਫ। ਹੁਣ ਅਸੀਂ ਅੰਦਰ ਜਾਂਦੇ ਹਾਂ, ਦੇਖਦੇ ਹਾਂ, ਚੈੱਕ ਕਰਦੇ ਹਾਂ, ਅਤੇ ਇੱਥੋਂ ਹੀ ਅਸੀਂ ਨਹੀਂ ਤਾਂ ਇਸ ਬਾਨ ਲੈ ਲੈਂਦੇ ਹਾਂ ਪੋਸਟਮ ਪਲਾਸ ਵੀ ਜਾਣਾ।
लाओ जी जट्टो, लाओ नज़ारे। बर्लिन हफ्त वन ऑफ के अंदर आसी हूँ हम उस टाइम प्लस जाने वास्ते चेक कर रहे हैं कि बस से जाइए या पैदल जाइए, देखते हैं। स्टासे का नज़ारा दिखाते हैं, देख लो जी। जब भी टाइम हो कटिया करो मेरे दोस्तों, खास करके बर्लिन वाले के बेचारे कम्मा कारा च बिजी रहते, करना की है। जो भी छुट्टी मिलती है इंजॉय करा करो, अपना पूरा आनंद माणिया करो। आओ जी दोस्तों, हूँ असं चले हाँ पोस्टम प्लास, हूँ आ गए इतने फ्री फी स्टासे, क्योंकि मास्क ला लीए, मास्क की बहुत जरूरत है, क्योंकि बाहर तो मास्क चलो चल जाता। हूँ असं जाना ट्रेन के बिच, पोस्टम प्लास का हम थानू दृश्य दिखाने। ये आ गया कि इस पान पर जाना सी पोस्टम प्लास, हूँ असं देखते हैं इतों कि मिलते उपर 3 मिनटा तक आ रही है। हूँ असं पहुँचते हैं जी पोस्टम प्लास, तो फिर थोड़ा असं पोस्टम प्लास का दृश्य दिखाते हैं। तो क्योंकि मास्क हूँ इस करके लाया, अलाउड है ट्रेन में, अलाउड है तो नाले बस के लिए या रेस्टोरेंट के अलाउड है, बाहर तो थोड़ा बहुत चलो चल जाता, वैसे अलाउड तो बाहर नहीं है, फिर भी थोड़ा बहुत चलाई जाते हैं। तो आओ चलते हैं हूँ पोस्टम प्लास। लो जी मेरे वीरो, आ गई है साड़ी ट्रेन, तो हूँ असं चले पोस्टम प्लास भाई इस साइड पे जाना। हाँ हाँ चलो आ जाओ भाई, कितने बैठना इतने बैठना। लो जी हूँ असं बैठ गए, हाँ जी लो जी हूँ असं आ गए पोस्टम प्लास। तो हूँ काफ़ी घूम लिया सीगा, इस करके थोड़ी भुख लग गई है, तो हूँ मैं सोचा कि चलो सामने देखा रेस्टोरेंट है तो मैं कुछ ना कुछ खाते हैं। तो आओ हूँ देखते हैं कि हिसाब किताब है अंदर, मेरे ख्याल का सारा कुछ बंद है। हाँ जी अमृत रेस्टोरेंट, तो असं इन्हों हूँ खाने बारे ऑर्डर किया जी, हम अगर बहर कितने खावे, तो हूँ देखते हैं अंदर तो अलाउड नहीं है करोना करके सारा कुछ बंद है। चलो देखते हैं ट्राई करते हैं, उन्होंने
ਜਿਹੜੇ ਇੱਕ ਨਾਲ ਇੱਕ ਭਾਜੀ ਹੁਣੇ ਅੰਦਰ ਖੜੇ ਸੀਗੇ ਉਹਨਾਂ ਨੇ ਸਾਨੂੰ ਦੋ ਕੱਪ ਚਾਹ ਦੇ ਦਿੱਤੀ ਆ ਵੀ ਠੰਡ ਹੈਗੀ ਆ ਅਤੇ ਇਹ ਚਾਹ ਦਿੱਤੀ ਆ ਹਲੋ ਬਾਈ ਲੈ ਲੈ ਤੋ ਇਹਨਾਂ ਨੇ ਚਾਹ ਦਿੱਤੀ ਆ ਹੁਣ ਅਸੀਂ ਚਾਹ ਪੀਣ ਲੱਗੇ ਹਾਂ ਅਤੇ ਫਿਰ ਔਡਰ ਕਰਦੇ ਹਾਂ ਕੁਛ ਨਾ ਕੁਛ ਖਾਂਦੇ ਹਾਂ ਅਤੇ ਫਿਰ ਤੁਹਾਨੂੰ ਅਸੀਂ ਪੋਸਟਮ ਪਲੱਸ ਦਾ ਦ੍ਰਿਸ਼ ਦਿਖਾਉਂਦੇ ਹਾਂ ਕਿਸ ਤਰ੍ਹਾਂ ਦਾ ਠੀਕ ਹੈ ਜੀ ਜੁੜੇ ਰਹਿਣਾ ਸਾਡੀ ਵੀਡੀਓ ਦੇ ਨਾਲ ਓਕੇ ਜੀ Sonia is not here, I guess. Action's fancy call, that's it. ਖਾਣਾ ਅਸੀਂ ਲੈ ਲਿਆ ਜੀ ਰੈਸਟੋਰੈਂਟ ਤੋਂ ਇੱਥੋਂ ਅੰਮ੍ਰਿਤ ਰੈਸਟੋਰੈਂਟ ਤੋਂ ਅਤੇ ਹੁਣ ਅਸੀਂ ਆ ਗਏ ਹਾਂ ਜੀ ਵਨ ਆਫ ਪੋਰਟਸਡਾਮ ਪਲਾਟਸ ਅਤੇ ਇਹ ਵੀ ਬਹੁਤ ਸੋਹਣੀ ਜਗ੍ਹਾ ਹੈ ਅਤੇ ਵੀ ਹੁਣ ਤੁਹਾਨੂੰ ਪੋਰਟਸਡਾਮ ਪਲਾਟਸ ਦੇ ਦਰਸ਼ਨ ਕਰਾਉਂਦੇ ਹਾਂ ਬਰਲੀਨ ਵਾਲਿਆਂ ਨੂੰ ਤਾਂ ਪਤਾ ਆ ਬਾਕੀ ਜਿਹੜੇ ਹੋਰ ਕੰਟਰੀਆਂ ਦੇ ਵਿੱਚ ਰਹਿ ਰਹੇ ਨੇ ਉਹ ਵੀ ਨਿਗਾਹ ਮਾਰ ਲੈਣ ਚਲੋ ਜੀ ਇਹ ਹੈ ਜੀ ਪੋਰਟਸਡਾਮ ਪਲਾਟਸ ਅਤੇ ਹੁਣ ਅਸੀਂ ਜਾਂਦੇ ਹਾਂ ਉੱਧਰ ਸਾਹਮਣੇ ਕੋਲਮ ਬਰਲੀਨ ਵਾਲੀ ਸਾਈਡ 'ਤੇ ਹੁਣ ਤੁਹਾਨੂੰ ਫਿਰ ਦਰਸ਼ਨ ਕਰਾਉਂਦੇ ਹਾਂ ਲਓ ਜੀ ਹਾਂਜੀ ਹੁਣ ਭੁੱਖ ਲੱਗ ਗਈ ਸੀਗੀ ਅਤੇ ਮੈਂ ਕਿਹਾ ਚਲੋ ਹੁਣ ਕੁਛ ਖਾ ਲਈਏ ਅਤੇ ਇਹ ਜਿਹੜਾ ਅਸੀਂ ਅੰਮ੍ਰਿਤ ਰੈਸਟੋਰੈਂਟ ਤੋਂ ਲਿਆਂਦਾ ਸੀਗਾ ਅਤੇ ਹੁਣ ਅਸੀਂ ਇੱਥੇ ਪੋਸਟਮ ਪਲਾਟਸ ਮੋਲ ਆਫ ਬਰਲੀਨ ਹੈ ਸਾਹਮਣੇ ਅਤੇ ਅਸੀਂ ਹੁਣ ਇੱਥੇ ਬੈਠ ਕੇ ਖਾਣ ਲੱਗੇ ਹਾਂ ਕਿਉਂਕਿ ਬਹੁਤ ਅਸੀਂ ਅੱਜ ਘੁੰਮ ਲਿਆ ਬਹੁਤ ਜਗ੍ਹਾ 'ਤੇ ਅਤੇ ਇਸ ਕਰਕੇ ਭੁੱਖ ਲੱਗ ਗਈ ਸੀਗੀ ਅਤੇ ਹੁਣ ਅਸੀਂ ਥੋੜ੍ਹਾ ਬਹੁਤਾ ਖਾ ਲਈਏ ਅਤੇ ਕਿਉਂਕਿ ਫਿਰ ਅਸੀਂ ਤੁਹਾਡਾ ਤੁਸੀਂ ਸਾਡੀ ਵੀਡੀਓ ਦੇ ਨਾਲ ਜੁੜੇ ਰਹਿਣਾ ਅਤੇ ਕਿਉਂਕਿ ਅੱਗੇ ਹੋਰ ਅਸੀਂ ਹੋਰ ਤੁਹਾਨੂੰ ਜਗ੍ਹਾ ਅਸੀਂ ਦਿਖਾਉਣੀਆਂ ਨੇ ਅਤੇ ਬਾਕੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਦੇ ਨਾਲ ਤੁਸੀਂ ਜੁੜੇ ਰਹਿਣਾ ਅਤੇ ਅੱਗੇ ਇੰਜੋਏ ਕਰਨਾ ਅਤੇ ਹੁਣ ਅਸੀਂ ਇਹ ਔਡਰ ਕੀਤਾ ਸੀਗਾ ਇੱਕ ਸੀਗਾ ਬਿਰਿਆਨੀ ਤੁਹਾਨੂੰ ਦੱਸਦੇ ਹਾਂ ਲਓ ਜੀ ਇਹ ਆ ਜੀ ਬਿਰਿਆਨੀ ਅਤੇ ਇੱਕ ਹੋਰ ਮੇਰੇ ਕੈਮਰਾਮੈਨ ਵਾਸਤੇ ਵੀ ਇੱਕ ਬਿਰਿਆਨੀ ਆ ਉਹ ਪਰ ਉਹਦੇ ਵਿੱਚ ਬੈਗ 'ਚ ਆ ਅਤੇ ਅਸੀਂ ਫਿਰ ਬਾਅਦ ਵਿੱਚ ਖੋਲ੍ਹਦੇ ਹਾਂ ਅਤੇ ਠੀਕ ਆ ਜੀ ਫਿਰ ਤੁਹਾਨੂੰ ਖਾਣਾ ਖਾ ਕੇ ਅਤੇ ਹੋਰ ਵੀ ਅਸੀਂ ਜਗ੍ਹਾ 'ਤੇ ਲੈ ਕੇ ਜਾਂਦੇ ਹਾਂ ਠੀਕ ਹੈ ਜੀ ਅਤੇ ਸਾਡੀ ਵੀਡੀਓ ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਜੀ ਲਓ ਜੀ ਹੁਣ ਅਸੀਂ ਆ ਗਏ ਹਾਂ ਟ੍ਰੈਪਟੋਵਾ ਪਾਰਕ ਅਤੇ ਹੁਣ ਤੁਹਾਨੂੰ ਅਸੀਂ ਟ੍ਰੈਪਟੋਵਾ ਪਾਰਕ ਦੀ ਸੈਰ ਕਰਾਉਂਦੇ ਹਾਂ ਅਤੇ ਇਸੇ ਤਰ੍ਹਾਂ ਹੀ ਸਾਡੀ ਵੀਡੀਓ ਦੇ ਨਾਲ ਤੁਸੀਂ ਜੁੜੇ ਰਹਿਣਾ ਕਿਉਂਕਿ ਇਹ ਟ੍ਰੈਪਟੋਵਾ ਪਾਰਕ ਵੀ ਬਹੁਤ ਹੀ ਇੱਕ ਰੋਮਾਂਚਕ ਜਿਹੜੀ ਜਗ੍ਹਾ ਹੈ ਕਿ ਜਿਹਨੂੰ ਵੇਖਣ ਵਾਸਤੇ ਲੋਕ ਬਹੁਤ ਹੀ ਦੂਰੋਂ ਦੂਰੋਂ ਸ਼ਹਿਰਾਂ ਵਿੱਚੋਂ ਕੰਟਰੀਆਂ ਵਿੱਚੋਂ ਆਉਂਦੇ ਨੇ ਜ਼ਿਆਦਾਤਰ ਕਿ ਗਰਮੀਆਂ ਦੇ ਵਿੱਚ ਇਹ ਜਿਹੜਾ ਮਾਹੌਲ ਹੈ ਇਹ ਵੇਖਣ ਯੋਗ ਹੁੰਦਾ ਕਿਉਂਕਿ ਗਰਮੀਆਂ ਦੇ ਵਿੱਚ ਜਾਣੀ ਕਿ ਸਾਰੇ ਪਾਸੇ ਜਿਹੜੀ ਹਰਿਆਲੀ ਹੁੰਦੀ ਆ ਅਤੇ ਉਹਨੂੰ ਹਰਿਆਲੀ ਦੇ ਨਾਲ ਮਤਲਬ ਆਪਣੀਆਂ ਅੱਖਾਂ ਨੂੰ ਵੀ ਬੜਾ ਵੇਖਣ 'ਚ ਸਕੂਨ ਮਿਲਦਾ ਚੰਗਾ ਲੱਗਦਾ ਵਧੀਆ ਲੱਗਦਾ ਅਤੇ ਆਓ ਹੁਣ ਅਸੀਂ ਗੱਲਾਂ ਜ਼ਿਆਦੀਆਂ ਨਾ ਕਰੀਏ ਕਿਉਂਕਿ ਤੁਹਾਨੂੰ ਅਸੀਂ ਸਾਰੀ ਟ੍ਰੈਪਟੋ ਪਾਰਕ ਦੀਆਂ ਜਿੰਨੀਆਂ ਵੀ ਤਸਵੀਰਾਂ ਨੇ ਜਿਹੜੀਆਂ ਫੇਮਸ ਜਿਹੜੇ ਜਗ੍ਹਾ ਨੇ ਅਤੇ ਉਹ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਅਤੇ ਇਸੇ ਤਰ੍ਹਾਂ ਹੀ ਸਾਡੀ ਵੀਡੀਓ ਦੇ ਨਾਲ ਜੁੜੇ ਰਹਿਣਾ
जिस तरह के हुण तुसी देख रहे हो इधर पानी वाली साइड ते तुसी शिप देख रहे हो ते ए भी बहुत वधिया जदों के टूरिस्ट लोग आउंदे ने जदों गर्मियां दे विच ज़्यादा इत्थे लोग हुंदे ने ते इहनू किराए ते अपना रेंट ते लै लैंदे ने ते अपना सफर दा आनंद माणदे ने ते बहुत ही वधिया वेखण योग हुंदा है उस टाइम ते गर्मियां दे विच दृश्य क्योंकि चारे पासे हरियाली ते बहुत सोहना लगदा है जिवें कि अज भी मौसम बहुत वधिया ते अज सगों बहुत ज़्यादा लोग अज भी बाहर निकले ने ते अज ते दुकाना भी खुलियां ने ते बहुत वधिया लग रहा ते आओ तुसी इसे तरह जुड़े रहना तुहानूं होर भी असीं अगे दिखाउने आ इह जिस तरह देख रहे तुसी शॉपां खुलियां ने हजे तक ते जुड़े रहना इसे तरह ही हाँ जी हुण असीं आ गए हाँ ट्रैप्टोवा पार्क के अंदर आ गए हाँ तो हुण तुहानूं असीं दिखांदे हाँ अंदर अंदर भी बहुत सोहनी जगह है वधिया पर एक गल है कि क्योंकि जो गर्मियां दे विच ज़्यादा हरियाली हुंदी आ ते जिहड़े अंदर फुल बूटे जो लगे ने उन्हां दा भी वेखण दा जिहड़ा कि वक्खरा ही जिहड़ा वो व्यू जिहड़ा वक्खरा ही हुंदा है क्योंकि बहुत सोहने लगते जो हरियाली के बच्चे होंगे पर चलो कोई गल नहीं जिन्ना भी होया असी वो तो वो थानू सारियां वधिया तो वधिया ही व्यू दिखाने की कोशिश करांगे तो तुसी साडे नाल इसे तरह ही जुड़े रहना ठीक है जी। हुण असी इंटर कर रहे हैं अंदर तो अज वैसे वाहवा ही लोग निकले हुए ने बाहर परली साइड तो पर अंदर इधर तो बहुत घट ने चलो कोई गल नहीं दिखाने असी फिर भी जिन्ना हो सके ना वधिया दिखावांगे क्योंकि इसे तरह तुसी जुड़े रहना पूरा इंजॉय करोगे अपना क्योंकि फिर असी तुहानू होर भी अजे जगह ने जिहड़ियां तुहानू दिखाउणियां ने बस तुसी इसे तरह बने रहना क्योंकि बहुत ज़्यादा ने चले हाँ वारशावा स्टासे तो वारशावा स्टासे दी तस्वीरां दसदे हाँ साडी ट्रेन आ गई है तो हुण फिर तुसी साडी वीडियो दे नाल जुड़े रहना आ जाओ किधर इधर पड़ते लो वारशावा स्टासे
ਜਾਣ ਦੀ ਤਿਆਰੀ ਹੈ। लो जी हूँ असं आ गए वारशा बस पासे तो हूँ थोनों असी वो दिखाते हैं जी दीवार है वारशा बस पासे जी कि पहला बर्लिन दो हिस्सों के जो वंडिया गया सीगा तो वह दीवार के सानू असी दर्शन कराने आओ देखो सारे मेरी वीडियो के नाल जुड़े रहो तो थोनों वो दीवार दिखाने हूँ मेरे कैमरामैन थानू वो दीवार दिखाएंगे तो इस तरह ही तुसी जुड़े रहना है क्योंकि थानू होर भी अगे बहुत ही रोमांचक जिहड़ियां जगह ने वो तुहानू बर्लिन दे विच असी दसांगे। सो आओ हुण असी वारशावा दा जो कि दृश्य है जो व्यू है जो इतिहासिक एवं दीआं चीज़ां ने उन्हां दे नाल तुहानू जोड़दे हां ते साडी वीडियो दे नाल इस तरह जिस तरह तुम दस है कि असी वारशा बस स्टासे पहुंचे हाँ थानू पहले असी गन दिखाई है तो हूँ असी वारशा बस स्टासे दे विच पिछे देख रहे हो जिहड़ा मॉल है ईस्ट साइड मॉल ये भी बहुत वड्डा मॉल है तो आओ थानू हुण मॉल दीआं कुछ तस्वीर अंदर जाके असी दिखाते हैं तो थानू सैर कराने नाले आनंद माणो जो भी टाइम होए तो जरूर पहुँचो ठीक है जी तो इस तरह ही साडी वीडियो दे नाल तुसी जुड़े रहना।
लो जी हुण असीं आ गए हां शर्लोटनबुर्ग ते हुण तुहानू शर्लोटनबुर्ग दे कुछ व्यू दिखाउने आ उहदी तुहानू सैर कराने आ ते टाइम भी हुण बड़ा हो गया हुण इस टाइम 6:15 हो गए ने ते थोड़ा जिहा मौसम भी ठंडा जिहा हो गया ते इस करके चलो हुण असीं ज़्यादा गल्लां नहीं करनियां क्योंकि तुहानू हुण शर्लोटनबुर्ग दीआं जो भी जिहड़ा इह पैलेस आ तुसीं इह सामने देख रहे हो ते करोना दे टाइम करके हुण बंद है ते होर भी तुहानू बाकी तुसीं वीडियो दे नाल जुड़े रहना ते तुहानू सारियां ही असीं जिन्नियां भी शर्लोटनबुर्ग दे व्यूज़ ने जिन्नियां तस्वीरां ने उह तुहाडे नूं दिखाउंदे आ ते साडी वीडियो दे नाल इसे तरह ही जुड़े रहना।
लो जी भाई, अभी हम आ गए हैं ज़ू पे, आ गए हैं ज़ुल्किशा गार्डन आ गए हैं। तो आपको पता होगा क्योंकि ये पूरे यूरोप का ना, यूरोप दे विच दूजे नंबर ते है ये ज़ू। तो ये तुहानू सारयां सारे जानवर दिखण नू मिलणगे। तो हुण करोना टाइम चल रहा, करोना टाइम करके हुण इस वेले बंद आ, नहीं तो अगर जे कितें खुला हुंदा तो फिर तुहानू जरूर जानवरों के दर्शन कराते। तो यह है मैकडोनल, ये मैकडोनल भी बहुत व्डा है। उतों पिछों लैके उतों लंबाई तो इतने तक है जी, बहुत ज़्यादा। तो हूँ तू हौली हौली दूसरिया भी साइड पर असी जा रहे हैं तो दर्शन कराई जाने, तुसी बस मेरे नाल ही जुड़े रहना है। शाम हो गई हूँ तो, क्योंकि टाइम भी बड़ा हो गया, पर कोई गल नहीं, असी खाना खा लिया, बिरयानी लई सी रेस्टोरेंट विचों तो वह खा लिया, तो हूँ ढिड भर गया। हूँ कोई गल नहीं, हूँ असी होर घंटा दो घंटा असी बतीत कर लेना है। तो बाकी ठंड हैगी अज, तो कोई गल नहीं, जे इंसान ने इंजॉय करना तो फिर थोड़े बहुते तो बंदे नू देखने पैंदे ना, चलने पैंदे ठंड गर्मी दे, कोई गल नहीं। लो जी वैसे जे अगर कित जू खुली होंगी तो दर्शन करवा देने से, पर ठीक है कोई गल नहीं, हूँ अगे तू फिर कित टाइम लगा तो अगले पार्ट के तू जगह रह गई ने बर्लिन के वो थानू असी दस देवे। तो यह है जी मूवी थिएटर, जे किसी को टाइम हो जिदन छुट्टी हो जरूर आयो तो वेखण आयो। तो सोहना है, भी बहुत व्डा है, इंजॉय करया करो जटो जदों भी कितें हुंदा। अज तो असी बहुत ज़्यादा इंजॉय किया, बहुत वधिया लगा अज बर्लिन च घूम के। वैसे किसी दिन जावांगे, वांसी भी कहिंदे ने कि बहुत सोहणियां उत्थे भी जगह है, बहुत वधिया वेखण वाला व्यू उन्हां दा भी, ते वह भी देखांगे। पर हुण फिर किसी दिन टाइम लगा तो जरूर लाओ जी, एक बार फिर तुहानू सिनेमे का भी दिखा दईए। तो लाओ जी इधर तुहानू दर्शन कराइए बिल्डिंग दे। सो हुण आ जाओ अगे चल जाने असीं। लो जी हूँ असी आ गए हाँ शून्य वाइडे, हूँ तुहानू असी शून्य वाइडे की सैर करा दिए।
लो जी ये है जी शोने वाइडे का सेंट्रम, इतों भी सानू हर एक चीज़ मिल जाती है, जिमें कि कोई खाने वास्ते पीने वास्ते पहनने वास्ते ये अंदर भी अवेलेबल है ने सारिया, मैकडोनल्ड है मीडिया मार्केट आ, इधर भी तुसी आ सकते हो जदों कि टाइम हो घूमन फिरन वास्ते तुसी इधर भी आ सकते हो। तो बाकी तुहानू होर भी जिहड़ियां छोने वाइडे जिहड़ियां मार्केटां ने जिहड़ा व्यू है वो तुहानू असी दिखाउंदे आ, ते इसे नाल ही जुड़े रहना जी। आओ जिस तरह के तुहानू हुणे असी दस्या कि छोने वाइडे असी पहुँचे हाँ, तो क्योंकि ये भी एरिया बहुत वधिया है, तुसी इत्थों छोने वाइडे तो भी हर एक चीज़ खरीद सकते हो, घर विच वरतन वाली भी चीज़ खरीद सकते हो, खाण पीण वाली भी। अज जिदा हुण तुसी तस्वीर देख रहे हो मॉल दियां उत्थे मोमा आ, तो जिवें उत्थों तुसी अपना खरीद सकते घर वास्ते जिदा बैड हो गए जां कुर्सियां मेज जो भी फर्नीचर का घर वास्ते वरतन वाला समान तुसी लै सकते हो। इडिका हैगी आ इत्थे, ते जाने के किते भी दूर जाण दी लोड़ नहीं आ, ते नाल ही इस तों परां थोड़ा जिहा जा के वध तों वध एक दो मिनट दा पैदल रस्ता बाउहाउस भी हैगा, उत्थों तुसी अपना समान खरीद भी सकते हो, ते सस्ता ही मिलदा। ते इत्थों स्पोर्ट दा समान आ, स्पोर्ट वास्ते शू हो गए जां कोई साइकलां हो गईआं, हर एक चीज़ जिदां फुटबाल हो गए हर एक चीज़ तुसी समान दा इत्थों स्पोर्ट तों भी खरीद सकते हो। लो जी हुण असी आ गए हाँ छोने वाइडे, हुण तुहानू असी छोने वाइडे की सैर करा दीए। लो जी ये है जी छोने वाइडे का सेंट्रम, इत्थों भी सानू हर एक चीज़ मिल जाती है, जिवें कि कोई खाण वास्ते पीण वास्ते पहनण वास्ते ये अंदर भी अवेलेबल है ने सारिया, मैकडोनल्ड है मीडिया मार्केट आ, ते इधर भी तुसी आ सकते हो जदों कि टाइम हो घूमन फिरन वास्ते तुसी इधर भी आ सकते हो। तो बाकी तुहानू होर भी जिहड़ियां छोने वाइडे जिहड़ियां मार्केटां ने जिहड़ा व्यू है वो तुहानू असी दिखाउंदे आ, ते इसे नाल ही जुड़े रहना जी। आओ जिस तरह के तुहानू हुणे असी दस्या कि छोने वाइडे असी पहुँचे हाँ, तो क्योंकि ये भी एरिया बहुत वधिया है, तुसी इत्थों छोने वाइडे तो भी हर एक चीज़ खरीद सकते हो, घर विच वरतन वाली भी चीज़ खरीद सकते हो, खाण पीण वाली भी। अज जिदा हुण तुसी तस्वीर देख रहे हो मॉल दियां उत्थे मोमा आ, तो जिवें उत्थों तुसी अपना खरीद सकते घर वास्ते जिदा बैड हो गए जां कुर्सियां मेज जो भी फर्नीचर का घर वास्ते वरतन वाला समान तुसी लै सकते हो। इडिका हैगी आ इत्थे, ते जाने के किते भी दूर जाण दी लोड़ नहीं आ, ते नाल ही इस तों परां थोड़ा जिहा जा के वध तों वध
एक दो मिनट का पैदल रस्ता बाउ हाउस भी हैगा, उतों तुसी अपना समान खरीद भी सकते हो तो सस्ता ही मिलता। तो इतों स्पोर्ट का समान है, स्पोर्ट वास्ते शू हो गए जां कोई साइकिल हो गई, हर एक चीज़ जिदा फुटबॉल हो गए, हर एक चीज़ तुसी समान इतों स्पोर्ट चों भी खरीद सकते हो। ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ, ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ, ਘਰ ਛੱਡਣੇ ਸੌਖੇ ਨਹੀਂ, ਘਰ ਛੱਡਣੇ ਸੌਖੇ ਨਹੀਂ, ਜਿਨ੍ਹਾਂ ਨੂੰ ਛੱਡਣ ਵੇਲੇ ਰੋਏ ਸਾਡੇ ਦਿਲ ਤੋਂ। ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ, ਸਾਡੇ ਦਿਲ ਤੋਂ।